बिस्मिल्लाह रहमान रहीम। अस्सलाम वालेकुम दोस्तों, तुम वेख रहे हो अनमोल पंजाब टीवी, तो मैं थोड़ा मेजबान शबीर अहमद। दोस्तों सब तो पहले अपने चैनल करो सब्सक्राइब, नाल लगी भी घंटी के बटन दबाओ ताकि साड़ी अच्छी और बेहतरीन वीडियो नोटिफिकेशन साढ़े तक सब तो पहले तो बस आनी पहुँच सके। जनाब अज अनमोल चैनल तक दूजे बैठते हुए लैके आना जनाब, दूसरा सुबह ने सोना है जनाब, कच्ची है पक्का जनाब, हफ्ता लेंदी सुबह चू सही वाल जनाब करा से। सब तो पहले मेरा कैमरामैन थोड़ा बैठ बखाएगा, समरीद गलबात करा मालिका नाल। चेक करो जनाब, कैमरे जनाब चेक करो वैट का, रेल बड़ी माशाल्लाह। बाकी जनाब इंच इंच दसें लगे जनाब वैट नू, सही वाल च फ्री दंदा करा से माड़ा जी, देखी वाह नहीं डरती फी जनाब, थोड़ा डर गई उन्हें तो विखाई है कि बाकी जनाब थान थोड़ा बड़ा सोहना लगे जनाब, बैठ ना चेक कर लो अपने जनाब, थोड़ा जूम करते विखा दें कि बैठ ने प्यों देने। चेक करो जी आर्डर क्वालिटी बड़ी चंगी जनाब माशाल्लाह, कद काठ बड़ा दूजन बैठ जनाब, दूसरा सोहा ने सोना है, तो बाकी भजन कैमरे दवा वाडा दिखल जी है, बाकी सील शराफ है ठीक हो। अब बिल्कुल कई जानवर मटार जाते ठीक हो गया। बाकी जनाब वेख लो वधर शिदर जो बड़े खुले ले फिर हफ्ता जनाब लेंदी पक्का सुमन चू, चेक करो जनाब माशाल्लाह जी, थाने बड़ा सोहना लगे जनाब मुठ बस थाने, अजय कच्ची है वधर शिदर बड़े खुले ले फिर वाने दे, अजय जनाब सुमन का कोई पता नहीं, कैमरे तो आवाज डरती पी। चलो ठीक है जनाब, मुल मुल कर लिया दे आओ ठीक है, लो भाई जान मालक नाल भी गलबात कर लेने, वैट तो चौखा ही डरती भी कैमरे तो। अस्सलाम वालेकुम जी, अस्सलाम वालेकुम भाई, वालेकुम सलाम, की हाल चाल है जी? जी ठीक है जी, नाम जी मोहम्मद अनवर, मोहम्मद अनवर। अच्छा अनवर भाई गल ये की ਬਿਜੜੀ ਤਾਂ ਸੰਗ ਬੈਠ ਬਖਾਈ ਹੈ ਤੁਹਾਡੇ ਘਰ ਦੀ? ਹਾਂਜੀ ਘਰ ਦੀ ਪਹਿਲੇ ਸੁਬਹ ਦੇ ਬੱਚਾ ਮਗਰ ਠੀਕ ਹੋ ਠੀਕ ਹੈ, ਤੇ ਹੁਣ ਮਾਸ਼ਾਅੱਲਾ ਪਲੱਸ 10 ਦਿਨ ਲਵੇ ਹੁਣ ਕੋ ਜ਼ਰੂਰਤ ਹੈ ਕਿ ਤਾਂ ਵੇ ਹਾਂ ਜ਼ਰੂਰਤ ਦੇ ਵੇ ਤੇ ਵੇ ਠੀਕ ਹੋ ਗਿਆ, ਤੇ ਬਾਕੀ ਕਿੰਨਾ ਹੋ ਕਰਦੀ ਪਿਛੇ ਇਸ ਵਜੇ ਚੋਂਦੇ ਰਹੇ ਜੀ? 14-15 ਲੀਟਰ ਚੋਂਦੇ ਰਹੇ ਪੱਕਾ? ਆ ਪੱਕਾ 14-15 ਲੀਟਰ ਬੱਚੇ ਨੂੰ ਛੱਡ ਦੇ ਮਾਸ਼ਾਅੱਲਾ, ਮੋਰ ਤਾਂ ਬੜੀ ਗੱਲ ਹੈ ਕਿ ਹਾਂਜੀ ਇਹਨਾਂ ਦੋ ਤੇ ਕਰਦੀ ਰਹੀ ਹਾਂਜੀ ਠੀਕ ਹੋ ਗਿਆ, ਤੇ ਬਾਕੀ ਹੁਣ ਪੱਕੇ ਦੇ ਕਿੰਨੇ ਲੈਂਦੀ ਤੂੰ ਜੀ ਜਿਹੜੇ ਨੇ? ਇਹਦੇ ਜਨਾਬ 9 ਮਹੀਨੇ 10 ਤਰੀਕ ਨੂੰ ਪੂਰੇ ਹੋਣੇ ਨੇ, 10 ਤਰੀਕ ਨੂੰ ਹੋ ਜਾਣਗੇ, ਅੱਜ ਹੋ ਗਈ 3 ਤਰੀਕ ਹੋ, ਬਿਲਕੁਲ 10 ਤਰੀਕ ਨੂੰ 9 ਮਹੀਨੇ ਪੂਰੇ ਹੋਣ ਦੇ ਸੀ, ਡੇਟ ਲਿਖੀ ਹੋਈ ਹੈ ਠੀਕ ਹੈ, ਤੇ ਦੂਸਰੀ ਗੱਲ ਇਹ 2-4 ਦਿਨ ਉੱਤੇ ਲਵੇ ਦੀ 10 ਤੋਂ, ਬਿਲਕੁਲ ਸਹੀ ਵਾਲ 10 ਦਿਨ ਲਵੇ 10 ਸਹੀ ਵਾਲ ਤੇ ਫਿਰ ਨੇ ਤੁਸੀਂ, ਹਾਂ ਸਹੀ ਵਾਲ ਤੇ ਫਿਰ ਨੇ ਫੁੱਲ ਕਰਾ ਸਕਦੇ ਠੀਕ ਹੋ, ਤੇ ਬਾਕੀ ਹੁਣ ਡਿਮਾਂਡ ਜਿਹੜੀ ਹੈ ਨਾ ਫੁੱਲ ਜਿਹੜੀ ਪਿਆਰ ਨਾਲ ਵਧਿਓ ਕਰ, ਡਿਮਾਂਡ 1.75 ਹੈ, 1.75 ਲੱਖ ਦਾ ਠੀਕ ਹੋ, ਮੈਂ ਤਾਂ ਕਹਿੰਦਾ ਇਹਦੇ ਚ ਪਿਆਰ ਨਾਲ ਕਰੋ ਭਾਈ ਜੀ, ਵੈਡ ਵੀ ਤਾਂ ਵੇਖ ਲਓ ਨਾ ਮਾਸ਼ਾਅੱਲਾ, ਵੈਡ ਮਾਸ਼ਾਅੱਲਾ ਵੇਖੀ ਤੇਰੀ ਵੀ ਜਿਹੜੀ ਵੈਡ ਹੈ ਤੇ ਬਾਕੀ ਨੂੰ ਕੈਮਰੇ ਦਰਦੀ ਵੀ ਉਹਨੂੰ ਵਿਖਾਇਆ ਨਹੀਂ ਹੋਣੀ ਚਾਹੀਦੀ, ਕੋਈ ਪਿਆਰ ਉਹ ਬਤ ਕਿਰਾਏ ਦਾ ਕਰ ਲਾ ਦੇ ਬਸ, ਇਸ ਤੋਂ ਘੱਟ ਕਿਰਾਏ ਬੜੇ ਪੱਕੀ ਜੀ ਗੱਲ ਕਰੋ, ਹਮ ਪੱਕੀ 1.65 10 ਰੁਪਏ ਵੀ ਨਹੀਂ ਘੱਟ ਦੇਣੀ ਆਪਾਂ, 1.65 ਦੀ ਹਾਂਜੀ 1.65 ਤੋਂ ਘੱਟ ਠੀਕ ਹੋ। ਅੱਛਾ ਭਾਈ ਨੇ ਭਾਈ ਦਾ ਡਾਲਾ ਵੀ ਹੈਗਾ ਆਪਣਾ? ਹਾਂਜੀ ਇਹ ਵੀ ਗੱਲ ਨਹੀਂ, ਬਿਲਕੁਲ ਬਿਲਕੁਲ ਡਾਲਾ ਦਾ ਨੰਬਰ ਮੇਰੇ ਦਾ ਅੱਗੇ ਜਨਾਬ ਹੈ, ਸਾਡੇ ਜਨਰਲ ਜੋ ਸਾਡੇ ਤਿਆਂ ਦੇ ਕਿਰਾਏ ਜਾਂ ਮਤਲਬ ਲੈਂਦੇ ਭਾਈ, ਡਿਮਾਂਡ ਮਾਲਕਾਂ ਨੇ ਤੁਸੀਂ ਸੁਣ ਲਈ 1.75 ਨਾਲ ਡਿਮਾਂਡ ਕੀਤੀ, ਵਿੱਚੋਂ ਪਿਆਰ ਨੂੰ ਬਦੋ ਜਾਏਗਾ 1.65 ਰੁਪਏ ਫਾਈਨਲ ਨੇ, ਇਹਦੇ ਜਨਾਬ ਗੰਜਾਇਸ਼ ਕਿ ਦਾਸ ਆਂਦੇ, ਅਗਰ ਬੈਠ ਕੇ ਸਾਡੇ ਵੀਰ ਭਾਈ ਨੂੰ ਪਸੰਦ ਆਈ ਤੁਹਾਡਾ ਰਾਬਤਾ ਨੰਬਰ 0375-8004 ਨੰਬਰ 'ਤੇ ਵਟਸਐਪ ਬਣੀ ਵੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਅੱਜ ਵੀਡੀਓ ਸਾਡੇ ਦੋਸਤਾਂ ਨੂੰ ਬੇਹੱਦ ਪਸੰਦ ਆਈ ਹੋਵੇਗੀ, ਅਗਰ ਵੀਡੀਓ ਪਸੰਦ ਆਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨੀ ਹੈ, ਮਿਲਾਂਗੇ ਕੱਚੀ ਔਰ ਲਾਜਵਾਬ ਨਾਲ, ਆਪਣੇ ਮੇਜ਼ਬਾਨ ਸ਼ਬੀਰ ਨਾਲ ਇਜਾਜ਼ਤ, ਅੱਲਾ ਹਾਫਿਜ਼।